ਸ਼੍ਰੀਮਤੀ ਬ੍ਰਿਜਰਾਣੀ ਸੂਦ ਜੀ ਸਮਾਜ ਦੇ ਅਜਿਹੇ ਇਨਸਾਨਾਂ ਵਿੱਚੋਂ ਸਨ ਜਿਹੜੇ ਇਸ ਸੰਸਾਰ ਵਿੱਚ ਚਲੇ ਜਾਣ ਤੋਂ ਬਾਅਦ ਵੀ ਸਮਾਜ ਦੇ ਦਿਲਾਂ ਵਿੱਚ ਵਸੇ ਰਹਿੰਦੇ ਹਨ। ਆਪਨੇ ਆਪਣੀ ਜ਼ਿੰਦਗੀ ਵਿੱਚ ਅਜਿਹੀਆਂ ਯਾਦਾਂ ਛੱਡੀਆਂ ਜਿਹੜੀਆਂ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ। ਆਪ ਬਹੁਤ ਹੀ ਸਾਦੇ ਸੁਭਾਅ ਦੇ ਅਤੇ ਮਿੱਠ ਬੋਲੇ ਸੁਭਾਅ ਦੇ ਮਾਲਕ ਸਨ ਅਤੇ ਆਪਨੇ ਆਪਣੇ ਬੱਚਿਆਂ ਨੂੰ ਵੀ ਉਹੀ ਸੰਸਕਾਰ ਦਿੱਤੇ। ਆਪ ਜੀ ਦੇ ਬੱਚੇ ਵੀ ਸੰਸਕਾਰੀ ਇਨਸਾਨ ਹਨ ਅਤੇ ਮਿੱਠ ਬੋਲੇ ਸੁਭਾਅ ਦੇ ਮਾਲਕ ਹਨ। ਆਪ ਜੀ ਦੀ ਮਿਹਨਤ ਸਦਕਾ ਅੱਜ ਆਪ ਦਾ ਪਰਿਵਾਰ ਸਮਾਜ ਵਿੱਚ ਅਹਿਮ ਰੁਤਬਾ ਰੱਖਦਾ ਹੈ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸ਼੍ਰੀ ਨਵ ਦੁਰਗਾ ਮਾਤਾ ਮੰਦਿਰ ਸਰਾਭਾ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੇਸ਼ ਹੈ ਇਸ ਧਾਰਮਿਕ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ।
ਸਾਰੂ ਬਖਸ਼ਣਮ ਉਮਾਸਤਮ ਸ਼ੋਕ ਵਿਨਾਸ਼ਕਾਰਕਮ ਨਮਾਮਿ ਵਿਘਨੇਸ਼ਵਰ ਪਾਦੁਕਮ ਕਰਮ ਰਾਮ ਨਾਮ ਜਪ ਰੇ ਮਨਾਮ ਰਾਮ ਸੇ ਕਰ ਲੇ ਪ੍ਰੀਤ ਰਾਮ ਬਿਨਾ ਸਭ ਝੂਠੇ ਨਾਤੇ ਝੂਠੀ ਜਗ ਕੀ ਪ੍ਰੀਤ ਕਹਿ ਸ਼ਰਣਾਂਗਤ ਰਾਮ ਕੀ ਭਵ ਸਾਗਰ ਕੀ ਨਾ ਰਹਿ ਮਨ ਜਗਤੀ ਅਧਾਰ ਕੋ ਨ ਕਛੂ ਸੰਯਮ ਸੇਵਾ ਸਾਧਨਾ ਸੰਯਮ ਸੇਵਾ ਸਾਧਨਾ ਸਤਪੁਰਸ਼ੋ ਕਾ ਸੰਗ ਯੇ ਚਾਰੋ ਕਰਤੇ ਤੁਰਤ ਮੋਹ ਨਿਸ਼ਾ ਕੋ ਭੰਗ ਏਕ ਘੜੀ ਆਧੀ ਘੜੀ ਪੁਨਿਆ ਦੀ ਸੇ ਪਿਆਦ ਤੁਲਸੀ ਸੰਗਤ ਸਾਧ ਕੀ ਕਟੇ ਕੋਟਿ ਅਪਰਾਧ ਸਾਂਸ ਸਾਂਸ ਮੇ ਰਾਮ ਜਪ ਸਾਂਸ ਬ੍ਰਿਥਾ ਮਤ ਕੋਏ ਕੋ ਜਾਣੇ ਕਿਸ ਸਾਂਸ ਕੋ ਫਿਰ ਆਵਨ ਹੋਏ ਨਾ ਹੋਏ ਮਨੁਸ਼ ਜਨਮ ਦੁਰਲਭ ਵੇ ਮਿਲੇ ਨਾ ਬਾਰੰਬਾਰ ਜੋ ਪਤਾ ਟੁੱਟ ਡਰ ਸੇ ਬਹੁਰ ਨ ਲਾਗੇ ਡਰ ਗੁਣ ਗੋਬਿੰਦ ਗਾਇਓ ਨਹੀਂ ਜਨਮੇ ਹਰ ਭਜਰੇ ਮਨਾ ਜੈ ਵਿਧਿ ਜਲ ਕੋਮੀਨ ਕਹੁ ਨਾਨਕ ਹਰ ਭਜਰੇ ਮਨਾ ਜੈ ਵਿਧਿ ਜਲ ਕੋਮੀਨ ਪਰਮਾਤਮਾ ਸੰਤ ਬਿੰਦ ਭਗਵਤ ਅਨੁਰਾਗੀ ਬਹਿਨੋ ਬੰਧੋ ਆਪਣੇ ਮਨ ਕੋ ਪ੍ਰਭੂ ਕੇ ਚਰਨੋਂ ਮੇਂ ਇਕਾਗਰ ਕਰਤੇ ਹੋਏ ਥੋੜੀ ਦੇਰ ਭਗਵਾਨ ਨਾਮ ਸਿਮਰਨ ਕਰੇ ਸ਼੍ਰੀ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਲੱਗਿਆ ਹੋਇਆ ਧਾਰਮਿਕ ਸਮਾਜਿਕ ਸਾਰੀ ਸੰਸਥਾਵਾਂ ਨਾਲ ਇਹਨਾਂ ਦਾ ਸੰਬੰਧ ਹੈ ਮੇਰਾ ਮਤਲਬ ਸੂਤ ਪਰਿਵਾਰ ਦਾ ਮਾਤਾ ਜੀ ਦਾ ਇਸ ਪਰਿਵਾਰ 'ਤੇ ਪੂਰਾ ਪੂਰਾ ਆਸ਼ੀਰਵਾਦ ਸੀ ਲੇਕਿਨ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਪੋਤੇ ਪੋਤੀਆਂ ਛੋਟੇ ਬੱਚੇ ਆਪਣੇ ਦਾਦਾ ਦਾਦੀ ਤੋਂ ਜਦੋਂ ਬਿਮਾਰ ਹੋਣ ਜਾਂ ਕੋਈ ਪ੍ਰੋਬਲਮ ਹੋਵੇ ਥੋੜ੍ਹਾ ਜਿਹਾ ਡਿਸਟੈਂਸ ਬਣਾ ਕੇ ਰੱਖਦੇ ਨੇ ਲੇਕਿਨ ਇਸ ਪਰਿਵਾਰ ਨੇ ਜੋ ਸੇਵਾ ਉਹਨਾਂ ਦੀ ਕੀਤੀ ਉਹ ਇੱਕ ਮਿਸਾਲ ਹੈ ਕਿ ਬੱਚੇ ਕਿਸ ਤਰ੍ਹਾਂ ਪਿਆਰ ਕਰਦੇ ਸੀ ਉਹਨਾਂ ਨਾਲ ਮਾਤਾ ਜੀ ਕਹਿ ਕੇ ਉਹਨਾਂ ਦਾ ਸਾਰਾ ਦਿਨ ਸੰਪੰਨ ਹੁੰਦਾ ਸੀ ਨੂੰਹਾਂ ਦੀ ਡਿਊਟੀ ਹੁੰਦੀ ਹੈ ਲੇਕਿਨ ਨੂੰਹਾਂ ਤੋਂ ਬਾਅਦ ਡਿਊਟੀ ਜਿਹੜੀ ਨਿਭਾਈ ਸ਼ਿਖਾ ਜੀ ਨੇ ਉਹ ਵੀ ਬਹੁਤ ਵਧੀਆ ਨਿਭਾਈ ਮਤਲਬ ਕਿ ਇਸ ਪਰਿਵਾਰ ਨੇ ਮਾਤਾ ਜੀ ਦੀ ਬਹੁਤ ਸੇਵਾ ਕੀਤੀ ਨਰਿੰਦਰ ਸੂਰ ਜੀ ਦਾ ਬਹੁਤ ਯੋਗਦਾਨ ਹੈ ਸਮਾਜ ਨੂੰ ਉਹਨਾਂ ਦੀ ਜਿਹੜੀ ਕਸ਼ਤੀ ਹੈ ਉਹ ਵੀ ਨਹੀਂ ਭੁਲਾਈ ਜਾ ਸਕਦੀ ਲੇਕਿਨ ਮਾਤਾ ਜੀ ਦਾ ਆਸ਼ੀਰਵਾਦ ਸੀ ਇਹਨਾਂ ਨੂੰ ਇਸੇ ਕਰਕੇ ਸਾਰੇ
संसार नूं सारे सानूं सुनेहा दे के गए ने कि इस परिवार लई जो उहनां दा योगदान सी ओह बिल्कुल नहीं भुलाया जा सकता। नरेंद्र सूद जी बहुत समा पहला साडे विकास नगर च आए और जिस तरह इन्हां सारे ने रल के जिवें पिंडां च माहौल हुंदा कि हर एक ने सांझे तौर ते रल के रहना, लोहड़ियां दिवालियां होलियां गुरपुरब ते अपनी जन्माष्टमी किस तरह उन्होंने रीतां शुरू कीतियां कि असीं इकट्ठे होके मनाउंदे सी और इह दिन किसदी सी इस माता जी दी जिथे सूद परिवार अपने कारोबार च नंबर एक ते है, मैं कहांगी समाजिक तौर ते भी इन्हां दा नंबर एक है। धार्मिक विरसे नाल जुड़े होए जिथे अज दे समें दे हाणी ने इह परिवार उथे इह समाजिक कम्मां च हिस्सा लैंदे ने और उस तों इलावा धार्मिक तौर ते भी सारा परिवार जुड़िया होया। जिस तरह इस माता ने अपने बच्चों नूं सारिआं नूं शिक्षा दे के इस काबिल बनाया कि अज असीं सारे उस परिवार दीआं सिफतां करदे आं, आम तौर ते भी जदों गल करदे आं उस रवैता नूं जिथे मिस सूद होरां ने कायम रखिआ उथे मेरी छोटी नूं शिखा ने भी उस तरह ही बिल्कुल कायम रखिआ। इह बड़ी वड्डी गल है कि तीन पोस्टां इन्हां औरतां ने उस अपने विरसे नूं किवें संभाल के रखिआ अज दे समें विच इह बहुत वड्डी गल है। बच्चा जन्म लैंदा है बच्चे नूं उंगल पकड़ के चलाना और सब तो पहला बच्चा भी मां दा नाम ही बोलता है, उसकी जबान चो मां ही निकलती है। अगो परिवार को अच्छे संस्कार देना और आज इस सूद परिवार की अच्छे संस्कार सदका समाज के जिथे गुरु घर की सेवा करते ने उथे इंडस्ट्री नूं बहुत वड्डी देन है इन्हां दी लुधियाणे दी इंडस्ट्री नूं, क्योंकि सब तो पहला लुधियाणे दे विच इन्हां ने कारोबार शुरू किए। उस तो बाद होजरी जिहड़ी लुधियाणे दी चली शोकाबाद दे विच कुछ नहीं पंडित जी ते हाजरी बड़े दुखती घड़ी दे विच अज आपां ਇੱਥੇ ਸ਼ਾਮਿਲ ਹੋਏ ਹਾਂ। ਉੱਥੇ ਮਾਤਾ ਜੀ ਦੀ ਗੱਲ ਕਰੀਏ, ਉਹਨਾਂ ਨੇ ਇੱਕ ਸਫਲ ਧੀ ਦੇ ਰੂਪ ਦੇ ਵਿੱਚ, ਇੱਕ ਸਫਲ ਨੂੰਹ ਦੇ ਰੂਪ ਦੇ ਵਿੱਚ, ਇੱਕ ਸਫਲ ਮਾਂ ਦੇ ਰੂਪ ਦੇ ਵਿੱਚ, ਸਫਲ ਦਾਦੀ ਅਤੇ ਨਾਨੀ ਦੇ ਰੂਪ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ। ਉਸਦਾ ਪਤਾ ਲੱਗਦਾ ਹੈ ਕਿ ਜੋ ਉਹਨਾਂ ਦੀ ਫੁਲਵਾੜੀ ਸੀ, ਉਹਨਾਂ ਦੀ ਜੋ ਕਮਾਈ ਸੀ, ਅੱਜ ਦਾ ਇਹ ਇਕੱਠ ਦੱਸਦਾ, ਅੱਜ ਦੇ ਚਿਹਰੇ ਦੱਸਦੇ ਨੇ ਕਿ ਕਿਸ ਤਰੀਕੇ ਦਾ ਇਸ ਪਰਿਵਾਰ ਦਾ ਇਸ ਸਮਾਜ ਦੇ ਵਿੱਚ ਬਹੁਤ ਹੀ ਨਿੱਘਾ ਯੋਗਦਾਨ ਹੈ। ਜਿੱਥੇ ਉਹਨਾਂ ਨੇ ਇਸ ਪਰਿਵਾਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਬੱਚਿਆਂ ਨੂੰ ਸੰਸਕਾਰ ਦਿੱਤੇ, ਸੰਸਕਾਰ ਦਿੱਤੇ, ਸਤਿਕਾਰ ਦਿੱਤਾ, ਉੱਥੇ ਬੱਚਿਆਂ ਨੂੰ ਮੈਂ ਭਾਵੇਂ ਸਾਡੀਆਂ ਮੋਹ ਦੀਆਂ ਤੰਦਾਂ ਟੁੱਟਦੀਆਂ ਨੇ, ਭਾਵੇਂ ਉਹ ਆਪਣੀ ਉਮਰ ਭੋਗ ਕੇ ਗਏ ਨੇ, ਇੰਨੀ ਵੱਡੀ ਉਮਰ ਉਹਨਾਂ ਨੇ ਪਰਿਵਾਰ ਦੇ ਨਾਲ ਬਤੀਤ ਕੀਤੀ ਹੈ, ਪਰ ਫਿਰ ਵੀ ਮੋਹ ਦੀਆਂ ਤੰਦਾਂ ਟੁੱਟਦੀਆਂ ਨੇ, ਕਿਉਂਕਿ ਮਾਂ ਮਾਂ ਹੁੰਦੀ। ਜਿੱਥੇ ਪਰਿਵਾਰ ਵੱਲੋਂ ਮੈਨੂੰ ਹੁਕਮ ਹੋਇਆ, ਕਿਉਂਕਿ ਮੈਂ ਇਸ ਪਰਿਵਾਰ ਦਾ ਇੱਕ ਹਿੱਸਾ, ਸੂਦ ਪਰਿਵਾਰ ਦੇ ਨਾਲ ਮੇਰਾ ਬੜਾ ਨੌ ਮਾਸ ਦਾ ਰਿਸ਼ਤਾ, ਮੈਨੂੰ ਇਹਨਾਂ ਨੇ ਸਮੁੱਚੇ ਆਈ ਸੰਗਤ ਦਾ ਜਿੱਥੇ ਧੰਨਵਾਦ ਕਰਨ ਲਈ ਕਿਹਾ, ਉੱਥੇ ਦੁੱਖ ਵੰਡਾਇਆ ਕੱਟਦਾ, ਖੁਸ਼ੀ ਮਨਾਇਆ ਵੱਧਦੀ। ਅੱਜ ਪੂਰੇ ਸ਼ਹਿਰ ਦੇ ਵਿੱਚੋਂ ਮੈਂ ਦੇਖ ਰਿਹਾ ਇੰਡਸਟਰੀ ਜਗਤ, ਰਾਜਨੀਤਿਕ, ਧਾਰਮਿਕ ਅਤੇ ਹੋਰ ਵੀ ਕਈ ਵਰਗ ਦੇ ਲੋਕ, ਸ਼ਖਸੀਅਤਾਂ, ਮੌਜੂਦ ਸ਼ਖਸੀਅਤਾਂ ਜਿੱਥੇ ਸ਼ਾਮਿਲ ਨੇ, ਤੁਸੀਂ ਇਸ ਪਰਿਵਾਰ ਦੇ ਨਾਲ ਦੁੱਖ ਮਨਾਉਣਾ ਹੋ, ਜਿੱਥੇ ਪਰਿਵਾਰ ਵੱਲੋਂ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ